ਹਾਂਜੀ ਫ੍ਰੈਂਡਸ ਸਭ ਤੋਂ ਪਹਿਲਾਂ ਤਾਂ ਨੰਬਰ ਆਫ ਪੋਸਟਸ ਅਤੇ ਨੇਮ ਆਫ ਪੋਸਟ ਆਪਾਂ ਰੀਡ ਕਰ ਲੈਨੇ ਆ ਉਸ ਤੋਂ ਬਾਅਦ ਕੁਆਲੀਫਿਕੇਸ਼ਨ ਦੀ ਗੱਲ ਕਰਾਂਗੇ ਜੀ ਪਹਿਲੀ ਪੋਸਟ ਹੈ ਜੀ ਕੰਟਰੋਲਰ ਆਫ ਐਗਜ਼ਾਮੀਨੇਸ਼ਨ ਨੰਬਰ ਆਫ ਪੋਸਟਸ 1 ਹੈ ਐਜੂਕੇਸ਼ਨ ਕੁਆਲੀਫਿਕੇਸ਼ਨ ਦੀ ਗੱਲ ਬਾਤ ਚ ਕਰਦੇ ਆ ਡਿਪਟੀ ਰਜਿਸਟਰਾਰ ਦੀ ਇੱਕ ਪੋਸਟ ਹੈ ਉਸ ਤੋਂ ਬਾਅਦ ਸੁਪਰਿੰਟੈਂਡੈਂਟ ਦੀਆਂ ਦੋ ਪੋਸਟਾਂ ਨੇ ਸੀਨੀਅਰ ਅਸਿਸਟੈਂਟ ਦੀ ਇੱਕ ਪੋਸਟ ਹੈ ਜੀ ਉਸ ਤੋਂ ਬਾਅਦ ਅਗਲੀ ਪੋਸਟ ਹੈ ਟੈਕਨੀਕਲ ਅਸਿਸਟੈਂਟ ਆਈਟੀ ਦੀ ਹੈ ਇੱਕ ਪੋਸਟ ਹੈ ਟੈਕਨੀਕਲ ਅਸਿਸਟੈਂਟ ਦੀ ਵੀ ਇੱਕ ਪੋਸਟ ਹੈ ਲੈਂਗੁਏਜ ਦੀ ਪੋਸਟ ਹੈ ਜੀ ਜੂ ਕਲ ਕਰ ਲੈਨੇ ਜੀ ਆਪਾਂ ਡਿਟੇਲ ਦੇ ਵਿੱਚ ਹੁਣ ਸਭ ਤੋਂ ਪਹਿਲੀ ਪੋਸਟ ਹੈ ਐਗਜ਼ਾਮੀਨੇਸ਼ਨ ਕੰਟਰੋਲਰ ਆਫ ਐਗਜ਼ਾਮੀਨੇਸ਼ਨ ਦੀ ਮਾਸਟਰ ਡਿਗਰੀ ਕੀਤੀ ਹੋਣੀ ਚਾਹੀਦੀ ਹੈ ਕੈਂਡੀਡੇਟ ਨੇ 15 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਜਾਂ ਕੰਪੇਅਰੇਬਲ ਐਕਸਪੀਰੀਅੰਸ ਹੋਣਾ ਚਾਹੀਦਾ ਹੈ 15 ਸਾਲ ਦਾ ਜਾਂ ਐਕਸਪੀਰੀਅੰਸ ਜਿਹੜਾ ਐਡਮਿਨਿਸਟ੍ਰੇਟਿਵ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਤੇ 10ਵੀਂ ਪੱਧਰ ਤੱਕ ਦੀ ਪੰਜਾਬੀ ਜਿਹੜੀ ਪਾਸ ਹੋਣੀ ਚਾਹੀਦੀ ਹੈ ਬਾਕੀ ਡਿਜ਼ਾਇਰੇਬਲ ਹੈ ਅਗਰ ਕਿਸੇ ਕੈਂਡੀਡੇਟ ਨੇ ਕੀਤੀ ਹੈ ਤਾਂ ਵੀ ਚੱਲ ਜਾਊਗਾ ਅਗਰ ਨਹੀਂ ਕੀਤੀਆਂ ਤਾਂ ਅ ਤਮੀ ਕੈਂਡੀਡੇਟ ਅਪਲਾਈ ਕਰਦਾ ਡਿਪਟੀ ਰਜਿਸਟਰ ਦੀ ਗੱਲ ਕਰ ਲੈਣੀ ਹੈ ਮਾਸਟਰ ਡਿਗਰੀ ਹੋਣੀ ਚਾਹੀਦੀ ਹੈ ਜਾਂ ਐਲ ਐਲ ਬੀ ਹੋਣੀ ਚਾਹੀਦੀ ਹੈ 55% ਮਾਰਕਸ ਦੇ ਨਾਲ ਐਸ ਸੀ ਐਸ ਟੀ ਦੇ ਲਈ 50% ਮਾਰਕਸ ਹੈ ਜਾਂ ਕੈਂਡੀਡੇਟ ਜਿਹੜਾ ਉਹ 25 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਸਰਵਿਸ ਦਾ ਯੂਨੀਵਰਸਿਟੀ ਦੇ ਵਿੱਚ ਤੇ ਉਸ ਤੋਂ ਬਾਅਦ ਹੀ ਵਰਕਡ ਕਪ ਕਪੈਸਿਟੀ ਆਫ ਸੁਪਰਡੈਂਡਰਡ ਪਰਸਨਲ ਅਸਿਸਟੈਂਟ ਫੋਰ ਹਾਇਰ ਅਪਰੀਸੀਏਸ਼ਨ ਫੋਰ ਨੋਟ ਲੈਸਨ 4 ਸਾਲ ਤੋਂ ਘੱਟ ਹੈ ਜਿਹੜਾ ਉਹਦਾ ਸੁਪਰਡੈਂਡਰਡ ਦਾ ਪਰਸਨ ਅਸਿਸਟੈਂਟ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਨੈਕਸਟ ਗੱਲ ਕਰ ਲੈਣੇ ਜੀ ਆਪਾਂ ਡਿਜ਼ਾਇਰੇਬਲ ਮੰਗੇ ਇਹਨਾਂ ਨੇ ਡਿਜ਼ਾਇਰੇਬਲ ਦੀ ਜ਼ਰੂਰਤ ਨਹੀਂ ਜੇ ਕੈਂਡੀਡੇਟ ਤਾਂ ਵੀ ਅਪਲਾਈ ਕਰ ਸਕਦਾ ਹੈ 10ਵੀਂ ਪੱਤਰ ਤੱਕ ਦੀ ਪੰਜਾਬੀ ਕੈਂਡੀਡੇਟ ਨੇ ਪਾਸ ਕੀਤੀ ਹੋਣੀ ਚਾਹੀਦੀ ਸੁਪਰੀਟੈਂਡੈਂਟ ਦੀਆਂ ਦੋ ਪੋਸਟਾਂ ਨੇ ਜੀ ਜਿਹੜਾ ਕੈਂਡੀਡੇਟ ਹੈ ਵਰਕਿੰਗ ਹੋ ਸਕਦਾ ਹੈ ਜਾਂ ਰਿਟਾਇਰਡ ਸੁਪਰੀਟੈਂਡੈਂਟ ਹੋ ਸਕਦਾ ਹੈ ਜਾਂ 10 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਰੈਗੂਲਰ ਐਡਮਿਨਿਸਟ੍ਰੇਟਿਵ ਦਾ ਕੈਂਡੀਡੇਟ ਕੋਲੇ ਜਿਸ ਤੋਂ ਘੱਟੋ-ਘੱਟ 5 ਸਾਲ ਦਾ ਐਕਸਪੀਰੀਅੰਸ ਜਿਹੜਾ ਐਜ਼ ਅ ਸੀਨੀਅਰ ਸਟੇਟੈਂਟ ਅਸਿਸਟੈਂਟ ਹੋਣਾ ਚਾਹੀਦਾ ਹੈ ਪੋਸਟ ਜਿਹੜੀ ਜੀ ਓਨਲੀ ਓਨ ਡੈਪਿਊਟੇਸ਼ਨ ਬੇਸਿਸ ਦੀ ਫਿਲ ਹੋਏਗੀ ਸਟੇਟ ਯੂਨਿਟ ਐਂਡ ਸੈਂਟਰ ਗਵਰਨਮੈਂਟ ਏਜੰਸੀ ਇੰਸਟੀਟਿਊਸ਼ਨ ਜਾਂ ਯੂਨੀਵਰਸਿਟੀ ਦੀ ਐਸ ਪਰ ਪੰਜਾਬ ਗਵਰਨਮੈਂਟ ਦੀ 10ਵੀਂ ਪੱਧਰ ਤੱਕ ਦੀ ਪੰਜਾਬੀ ਵੀ ਕੈਂਡੀਡੇਟ ਨੇ ਪਾਸ ਕੀਤੀ ਹੋਣੀ ਚਾਹੀਦੀ ਸਿਨੀਅਰ ਅਸਿਸਟੈਂਟ ਦੀ ਇੱਕ ਪੋਸਟ ਹੈ ਜੀ ਬੈਚਲਰ ਡਿਗਰੀ ਪਾਸ ਕੀਤੀ ਹੋਣੀ ਚਾਹੀਦੀ ਹੈ ਕੈਂਡੀਡੇਟ ਨੇ ਤੇ 120 ਘੰਟੇ ਦਾ ਜਿਹੜਾ ਉਹਦੇ ਕੋਲੇ ਕੋਰਸ ਹੋਣਾ ਚਾਹੀਦਾ ਜਾਂ ਕੰਪਿਊਟਰ ਦਾ ਓ ਲੈਵਲ ਸਰਟੀਫਿਕੇਟ ਹੈ ਜਿਹੜਾ ਕੈਂਡੀਡੇਟ ਨੇ ਕੀਤਾ ਹੋਣਾ ਚਾਹੀਦਾ ਐਕਸਪੀਰੀਅੰਸ ਜਿਹੜਾ 5 ਸਾਲ ਦਾ ਐਜ਼ ਅ ਕਲਰਕ ਇਨ ਸਟੇਟ ਜਾਂ ਯੂਟੀ ਜਾਂ ਸੈਂਟਰਲ ਗਵਰਨਮੈਂਟ ਦਾ ਹੋਣਾ ਚਾਹੀਦਾ 10ਵੀਂ ਤੱਕ ਪੱਧਰ ਤੱਕ ਦੀ ਕੈਂਡੀਡੇਟ ਨੇ ਇੱਕ ਪੰਜਾਬੀ ਪਾਸ ਕੀਤੀ ਹੋਣੀ ਚਾਹੀਦੀ ਇਥੇ ਧਿਆਨ ਦੇਣਯੋਗ ਗੱਲ ਇੱਕ ਹੋਰ ਹੈ ਵੀ ਜਿਹੜੇ ਕੈਂਡੀਡੇਟ ਇਸ ਪੋਸਟ ਨੂੰ ਅਪਲਾਈ ਕਰਨਗੇ ਉਹਨਾਂ ਨੂੰ ਪੰਜਾਬੀ ਦੀ ਰਾਵੀ ਫੌਂਟ ਟਾਈਪਿੰਗ 'ਚ 30 ਵਰਡ ਪਰ ਮਿੰਟ ਦੀ ਸਪੀਡ ਹੋਣੀ ਚਾਹੀਦੀ ਹੈ ਤੇ 30 ਵਰਡ ਪਰ ਮਿੰਟ ਦੀ ਸਪੀਡ ਉਹਨਾਂ ਦੀ ਇੰਗਲਿਸ਼ ਦੇ ਵਿੱਚ ਹੋਣੀ ਚਾਹੀਦੀ ਉਸ ਤੋਂ ਬਾਅਦ ਸਕਿੱਲ ਟੈਸਟ ਹੋਏਗਾ ਸਕਿੱਲ ਟੈਸਟ ਹੋਣ ਤੋਂ ਬਾਅਦ ਇੰਟਰਵਿਊ ਹੋਏਗੀ ਠੀਕ ਹੈ ਜ ਅੱਜ ਲਈ ਐਸਐਸ ਬੋਰਡ ਦੀਆਂ ਵੀ ਜਿਹੜੀਆਂ ਪੋਸਟਸ ਨੇ ਉਹਨਾਂ ਦਾ ਜਿਹੜਾ ਟਾਈਪਿੰਗ ਟੈਸਟ ਹੋ ਜਲਦ ਹੀ ਆਉਣ ਵਾਲਾ ਹੈ ਉਹ ਤੇ ਜਿਹੜੇ ਕੈਂਡੀਡੇਟ ਨੇ ਹਜੇ ਤੱਕ ਤਿਆਰੀ ਨਹੀਂ ਕੀਤੀ ਹੋਈ ਜਾਂ ਤਿਆਰੀ ਕਰ ਰੱਖੀ ਹੈ ਪਰ ਛੱਡ ਰੱਖੀ ਹੈ ਪਲੀਜ਼ ਉਹ ਸਾਰੇ ਆਪਣਾ ਇਨਫੋ ਬੋਰਡ ਅਲਗੋਰੀਟਮ ਜੋਬ ਚੈਨਲ ਵਿਜ਼ਿਟ ਕਰੋ ਸਰਚ ਕਰੋਗੇ ਜਿੰਨਾ ਕੈਂਡੀਡੇਟ ਨੇ ਸਬਸਕ੍ਰਾਈਬ ਕਰ ਲਿਆ ਉਹਨਾਂ ਨੇ ਦੁਬਾਰਾ ਸਬਸਕ੍ਰਾਈਬ ਨਹੀਂ ਕਰਨਾ ਜਿਹੜੇ ਨਵੇਂ ਨੇ ਉਹਨਾਂ ਨੇ ਪਲੀਜ਼ ਸਾਰਿਆਂ ਨੇ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜਿਨ੍ਹਾਂ ਨੂੰ ਨਹੀਂ ਪਤਾ ਤੁਸੀਂ ਦੱਸਣਾ ਵੀ ਇਨਫੋ ਪੋਰਟਲ ਗਵਰਨਮੈਂਟ ਜੋਬ ਸਰਚ ਕਰਨਾ ਹੈ ਸਰਚ ਕਰਨ ਤੋਂ ਬਾਅਦ ਨੀਚੇ ਇਹ ਵਾਲਾ ਆ ਜਿਗਾ ਹੈ ਸਬਸਕ੍ਰਾਈਬ ਕੀਤਾ ਹੋਇਆ ਬੈਲ ਆਈਕਨ ਪ੍ਰੈਸ ਕੀਤਾ ਹੋਇਆ ਤੁਸੀਂ ਵੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਬੈਲ ਆਈਕਨ ਪ੍ਰੈਸ ਕਰਨਾ ਹੈ ਦੱਸ ਦਿਓ ਸਾਰਿਆਂ ਨੂੰ ਜਿਹੜੇ ਕੈਂਡੀਡੇਟ ਐਸਐਸ ਬੋਰਡ ਦੀ ਟਾਈਪਿੰਗ ਟੈਸਟ ਦੀ ਤਿਆਰੀ ਕਰ ਰਹੇ ਨੇ ਪਲੀਜ਼ ਉਹਨਾਂ ਨੇ ਦੋਨੇ ਚੈਨਲ ਟੈਗ ਗੁਰੂ ਨਾਲ ਦਾ ਚੈਨਲ ਵੀ ਇਨਫੋ ਪੋਰਟਲ ਗਵਰਨਮੈਂਟ ਜੋਬ ਦੇ ਹੋਮ ਪੇਜ ਤੇ ਪਿਆ ਇਹਨੂੰ ਵੀ ਜਾ ਕੇ ਤੁਸੀਂ ਸਬਸਕ੍ਰਾਈਬ ਕਰ ਲੈਣਾ ਪਲੇਲਿਸਟ ਦੇ ਵਿੱਚ ਸਾਰੀਆਂ ਜਿਹੜੀਆਂ ਤੁਹਾਨੂੰ ਰਾਈ ਜੋ ਜਦੋਂ ਵੀ ਇਨਸਟਰਕਸ਼ਨਸ ਆਉਂਦੀਆਂ ਨੇ ਨਾਲ ਦੀ ਨਾਲ ਦੁਬਾਰਾ ਫੇਰ ਆਪਾਂ ਲਾਈਵ ਕਲਾਸ ਸ਼ੁਰੂ ਕਰ ਦੇਣੀਆਂ ਨੇ ਤਾਂ ਪਲੀਜ਼ ਜਿਨ੍ਹਾਂ ਨੇ ਹਜੇ ਤੱਕ ਨਹੀਂ ਸਬਸਕ੍ਰਾਈਬ ਕੀਤਾ ਜਰੂਰ ਸਬਸਕ੍ਰਾਈਬ ਕਰੋ ਤੇ ਜਿੰਦੇ ਵੀਡੀਓ ਨੂੰ ਦੇਖ ਰਿਹਾ ਥੋਨੂੰ ਲੱਗਦਾ ਕਿਸੇ ਕੈਂਡੀਡੇਟ ਨੂੰ ਇਹ ਵੀਡੀਓ ਨੂੰ ਸ਼ੇਅਰ ਕਰਨਾ ਚਾਹੀਦਾ ਤਾਂ ਪਲੀਜ਼ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਪੀਡੀਐਫ ਫਾਈਲ ਦੇ ਲਈ ਟੈਲੀਗ੍ਰਾਮ ਚੈਨਲ ਦਾ ਲਿੰਕ ਹੈ ਜਿਹੜਾ ਵੀਡੀਓ ਦੇ ਡਿਸਕ੍ਰਿਪਸ਼ਨ ਚ ਮਿਲ ਜੂਗਾ ਮੋੜ ਤੇ ਕਲਿੱਕ ਕਰੋਗੇ ਮੋੜ ਤੇ ਕਲਿੱਕ ਕਰਨ ਤੋਂ ਬਾਅਦ ਸਾਰੇ ਲਿੰਕ ਤੁਹਾਨੂੰ ਇੱਥੇ ਵਿਜ਼ੀਬਲ ਹੋ ਜਾਣਗੇ ਸਾਰੇ ਲਿੰਕ ਜੁਆਇਨ ਕਰ ਲਿਓ ਪੀਡੀਐਫ ਫਾਈਲ ਫੇਸਬੁਕ ਦਾ ਪੇਜ ਟਵਿੱਟਰ ਦੇ ਪੇਜ ਤੇ ਫੇਸਬੁਕ ਪੇਜ ਦਾ ਤੇ ਗਰੁੱਪ ਦੋਨਾਂ ਦਾ ਪੇਜ ਜਾ ਕੇ ਜੁਆਇਨ ਕਰੋ ਸਾਰੇ ਪੀਡੀਐਫ ਫਾਈਲ ਲਈ ਜਰੂਰ ਜੁਆਇਨ ਕਰਿਓ ਠੀਕ ਹੈ ਨਾ ਚਲੋ ਬਾਕੀ ਡਿਟੇਲ ਦੇ ਵਿੱਚ ਆਪਾਂ ਵੀਡੀਓ ਨੂੰ ਦੇਖ ਲੈਨੇ ਇੱਕ ਵਾਰ ਕੀ ਕੀ ਚੀਜ਼ਾਂ ਨੇ ਜਿਹੜੀਆਂ ਰਹਿਦੀਆਂ ਨੇ ਉਹ ਵੀ ਚੈੱਕ ਕਰਦੇ ਹਾਂ ਸਭ ਤੋਂ ਪਹਿਲਾਂ ਹਾਂਜੀ ਅ ਉਸ ਤੋਂ ਬਾਅਦ ਅਗਲੀ ਪੋਸਟ ਹੈ ਟੈਕਨੀਕਲ ਅਸਿਸਟੈਂਟ AIT ਦੀ ਇੱਕ ਪੋਸਟ ਹੈ ਜੀ ਐਮਸੀਏ ਜਾਂ ਬੀਟੈਕ ਜਾਂ ਸੀਐਸਈ ਆਈਟੀ ਕੈਂਡੀਡੇਟ ਨੇ ਕੀਤੀ ਹੋਣੀ ਚਾਹੀਦੀ ਐਕਸਪੀਰੀਅੰਸ ਹੋਣਾ ਚਾਹੀਦਾ ਉਹਦਾ 1 ਸਾਲ ਦਾ ਸੌਫਟਵੇਅਰ ਡਿਵੈਲਪਮੈਂਟ ਦਾ ਜਾਂ ਕੰਪਿਊਟਰ ਹਾਰਡਵੇਅਰ ਐਂਡ ਹਾਰਡਵੇਅਰ ਐਂਡ ਨੈਟਵਰਕਿੰਗ ਦਾ ਉਹਦੇ ਕੋਲੇ ਐਕਸਪੀਰੀਅੰਸ ਹੋਣਾ ਚਾਹੀਦਾ 1 ਸਾਲ ਦਾ 10ਵੀਂ ਪੱਧਰ ਤੱਕ ਦੀ ਪੰਜਾਬੀ ਕੈਂਡੀਡੇਟ ਨੇ ਪਾਸ ਕੀਤੀ ਹੋਣੀ ਚਾਹੀਦੀ ਕੈਂਡੀਡੇਟ ਜਿਹੜੇ ਸ਼ਾਰਟਲਿਸਟ ਹੋਣਗੇ ਉਹਨਾਂ ਦਾ ਬੇਸ ਆਫ ਰਿਟਨ ਐਗਜ਼ਾਮੀਨੇਸ਼ਨ ਹੋਣਗੇ ਕਲੀਅਰ ਹੈ ਜੀ ਟੈਕਨੀਕਲ ਅਸਿਸਟੈਂਟ ਲ ਤੇ ਨਾਲ ਹੀ ਪੋਸਟ ਗ੍ਰੈਜੂਏਟ ਡਿਪਲੋਮਾ ਹੋਣਾ ਚਾਹੀਦਾ ਸਿੱਖ थियोਲੋਜੀ ਦਾ ਠੀਕ ਹੈ ਜੀ ਪ੍ਰੋਫੀਸ਼ੀ ਹੋਣੀ ਚਾਹੀਦੀ ਹੈ ਉਹਦੀ ਪ੍ਰੋਫੀਸ਼ੀ ਹੋਣੀ ਚਾਹੀਦੀ ਹੈ ਕੰਪਿਊਟਰ ਟਾਈਪਿੰਗ ਦੀ ਪੰਜਾਬੀ ਐਂਡ ਇੰਗਲਿਸ਼ ਦੀ ਤੇ میٹرਿਕ ਤੱਕ 10ਵੀਂ ਜਿਹੜੀ ਪੰਜਾਬੀ ਹੈ ਉਹਨੇ ਪਾਸ ਕੀਤੀ ਹੋਣੀ ਚਾਹੀਦੀ ਹੈ ਬਾਕੀ ਡਿਜ਼ਾਇਰੇਬਲ ਹੈ ਸਾਰੇ ਜੂਨੀਅਰ ਟੈਕਨੀਸ਼ੀਅਨ ਮਲਟੀਮੀਡੀਆ ਲੈਬ ਗ੍ਰੈਜੂਏਸ਼ਨ ਕੀਤੀ ਹੋਣੀ ਚਾਹੀਦੀ ਹੈ ਕੈਂਡੀਡੇਟ ਨੇ ਕੰਪਿਊਟਰ ਸਾਇੰਸ ਤੋਂ ਜਾਂ ਇਸ ਦੇ ਬਰਾਬਰ ਦੀ ਯੋਗਤਾ ਹੋਣੀ ਚਾਹੀਦੀ ਹੈ ਤੇ ਉਸ ਤੋਂ ਬਾਅਦ ਪੰਜਾਬੀ ਇਹ ਜਿਹੜੀ ਉਹ ਅਪ ਟੂ میٹرਿਕ ਕੀਤੀ ਹੋਣੀ ਚਾਹੀਦੀ ਹੈ ਵਿਦ ਐਟ ਲੀਸਟ 50% ਮਾਰਕਸ ਹੋਣ ਇਹ ਬਹੁਤ ਵਧੀਆ ਮੌਕਾ ਜੀ ਜਿਹੜੇ ਕੈਂਡੀਡੇਟ ਨੇ ਬੀਐਸਸੀ ਕੀਤੀ ਹੋਈ ਜਈਏ ਬੀਐਸਸੀ ਆਈਟੀ ਕੀਤੀ ਹੈ ਤਾਂ ਉਹ ਕੈਂਡੀਡੇਟ ਹੈ ਜਿਹੜੇ ਅਪਲਾਈ ਕਰ ਸਕਦੇ ਆ ਬਾਕੀ ਸਾਰੀਆਂ ਚੀਜ਼ਾਂ ਡਿਜ਼ਾਇਰੇਬਲ ਹੈ ਜੇ ਕਿਸੀ ਕੈਂਡੀਡੇਟ ਕੋਲੇ ਨਹੀਂ ਹੋਣਗੀਆਂ ਤਾਂ ਵੀ ਤੁਸੀਂ ਇਹ ਚੀਜ਼ ਹੈ ਜਿਹੜੀ ਉਹ ਭਰ ਸਕਦੇ ਹੋ ਬੀਐਸਸੀ ਕੰਪਿਊਟਰ ਸਾਇੰਸ ਦੀ ਬੀਸੀਏ ਵਾਲੇ ਕੈਂਡੀਡੇਟ ਹੈ ਜਿਹੜੇ ਉਹ ਇਸ ਚੀਜ਼ ਨੂੰ ਅਪਲਾਈ ਕਰ ਸਕਦੇ ਆ ਕਲੀਅਰ ਹੈ ਜੀ ਬਰਾਬਰ ਲਿਖਿਆ ਹੋਇਆ ਹੈ ਨਾ ਇਕੁਇਵਲੈਂਟ ਲਿਖਿਆ ਹੋਇਆ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਗ੍ਰੈਜੂਏਸ਼ਨ ਵਾਲੇ ਕੈਂਡੀਡੇਟ ਅਪਲਾਈ ਕਰ ਸਕਦੇ ਆ ਬਹੁਤ ਵਧੀਆ ਮੌਕਾ ਜੀ ਹੱਥੋਂ ਜਾਣ ਨਾ ਦਿਓ ਤੇ ਡੇਟਸ ਦੀ ਆਪਾਂ ਇੱਕ ਵਾਰ ਦੁਬਾਰਾ ਫੇਰ ਕਰ ਲੈ ਕਰ ਲੈਣੇ ਆ ਸਟਾਰਟਿੰਗ ਦੇ ਵਿੱਚ ਸ਼ੁਰੂ ਚ ਉੱਪਰ ਚ ਜਾਵਾਂਗੇ ਅ ਜਗਤਗੁਰੂ ਨਾਨਕਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ ਦੀਆਂ ਪੋਸਟਾਂ ਨੇ ਜੀ ਅਪਲਾਈ ਹੋਣ ਦੀ ਜਿਹੜੀ ਡੇਟ ਹੈ ਉਹ 12/4/2022 ਤੋਂ ਅਪਲਾਈ ਹੋਣਾ ਸ਼ੁਰੂ ਹੋ ਚੁੱਕਿਆ ਹੈ ਲਾਸਟ ਡੇਟ 25/2022 ਹੈ ਤੇ ਇੱਕ ਧਿਆਨ ਦੇਣ ਯੋਗ ਗੱਲ ਹੋ ਰਿਹਾ ਵੀ ਜਿਹੜੇ ਕੈਂਡੀਡੇਟ ਅਪਲਾਈ ਕਰਨਗੇ ਆਨਲਾਈਨ ਅਪਲਾਈ ਕਰਨ ਤੋਂ ਬਾਅਦ ਉਹਦੀ ਹਾਰਡ ਕਾਪੀ ਪ੍ਰਿੰਟ ਕਰਨੀ ਹੈ ਹਾਰਡ ਕਾਪੀ ਪ੍ਰਿੰਟ ਕਰਕੇ ਦੋ ਐਪਲੀਕੇਸ਼ਨ ਫਾਰਮ ਇਹਨਾਂ ਨੇ ਕਿਹਾ ਹੋਏਗਾ ਬਾਕੀ ਡਿਟੇਲ ਦੇ ਵਿੱਚ ਤੁਹਾਨੂੰ ਪੀਡੀਐ ਮਿਲ ਜੇਗੀ ਟੈਲੀਗ੍ਰਾਮ ਚੈਨਲ ਤੇ ਕਮੈਂਟ ਜਰੂਰ ਕਰ ਦਿਓ ਤੇ ਪੀਡੀਐ ਫਾਈਲ ਨੂੰ ਰੀਡ ਕਰ ਲਿਓ ਠੀਕ ਹੈ ਜੀ ਲਾਸਟ ਡੇਡ ਹਾਰਡ ਕਾਪੀਆਂ ਭੇਜਣ ਦੀ ਜੀ 9 5 2022 ਸ਼ਾਮ 5 ਵਜੇ ਤੱਕ ਹੈ ਹਾਰਡ ਕਾਪੀਆਂ ਭੇਜਣੀਆਂ ਤੁਸੀਂ ਨੇ ਰਜਿਸਟਰਾਰ ਜਗਤਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ ਵਿਖੇ ਐਪਲੀਕੇਸ਼ਨ ਫਾਰਮ ਦੇ ਉੱਪਰ ਅ ਲਿਖਿਆ ਹੋਏਗਾ ਤਾਂ ਉਹ ਸਾਰੇ ਡਾਕੂਮੈਂਟਸ ਸੈਲਫ ਟੈਸਟ ਕਰਕੇ ਤੁਸੀਂ ਨਾਲ ਲਗਾ ਦੇਣੇ ਨੇ ਤੇ ਆਪਦੀਆਂ ਪਾਸਪੋਰਟ ਸਾਈਜ਼ ਦੀਆਂ ਦੋ ਫੋਟੋਆਂ ਵੀ ਜਰੂਰ ਲਗਾਇਓ ਜੀ ਪਾਸਪੋਰਟ ਸਾਈਜ਼ ਦੀਆਂ ਦੋ ਫੋਟੋ ਇੱਕ ਸਟੈਪਲ ਕਰ ਦਿਓ ਇੱਕ ਚਾਹੇ ਅਟੈਚ ਕਰ ਦਿਓ ਚਾਹੇ ਦੋਨੋਂ ਹੀ ਅਟੈਚ ਕਰ ਦਿਓ ਕਲੀਅਰ ਹੈ ਜੀ ਅਟੈਚ ਕਰਨ ਤੋਂ ਬਾਅਦ ਜਦੋਂ ਐਨਵੈਲਪ ਦੇ ਵਿੱਚ ਸਾਰੇ ਆਪਦੇ ਫਾਰਮ ਨੇ ਜਿਹੜੇ ਪਾਉਂਗੇ ਸੈਲਫ ਟੈਸਟਡ ਡਾਕੂਮੈਂਟਸ ਪਾਉਂਗੇ ਅਪਲੀਕੇਸ਼ਨ ਫੋਰ ਦਾ ਪੋਸਟ ਆਫ ਜਰੂਰ ਲਿਖਣਾ ਲਿਖਣਾ ਉਹ ਲਿਓ ਨਾ ਤੇ ਐਨਵੈਲਪ ਦੇ ਬੈਕ ਸਾਈਡ ਤੇ ਆਪਦਾ ਐਡਰੈਸ ਵੀ ਜਰੂਰ ਲਿਖਣਾ ਤੁਸੀਂ ਕਿਉ ਮੋਬਾਈਲ ਨੰਬਰ ਜਰੂਰ ਮੈਂਸ਼ਨ ਕਰ ਦਿਓ ਕਲੀਅਰ ਹੈ ਜੀ ਫੀਸ ਦੀ ਗੱਲ ਕਰ ਲੈਣੇ ਆ ਫੀਸ ਜਿਹੜੀ ਸੀਰੀਅਲ ਨੰਬਰ 1 ਤੋਂ ਲੈ ਕੇ 2 ਤੱਕ ਦੀ 1180 ਰੁਪਏ ਹੈ ਤੇ ਉਸ ਤੋਂ ਬਾਅਦ 3 ਤੋਂ ਲੈ ਕੇ 6 ਸ਼ੱਕ ਦੀ ਜਿਹੜੀ ਫੀਸ ਹੈ 295 ਰੁਪਏ ਹੈ ਨਾ ਮਤਲਬ ਕਿ 590 ਰੁਪਏ ਹੈ ਜਨਰਲ ਕੈਟਾਗਰੀ ਦੇ ਲਈ ਐਸ ਸੀ ਐਸ ٹی ਐਂਡ ਪੀ ਡਬਲਯੂ ਡੀ ਕੈਂਡੀਡੇਟ ਨੇ 295 ਰੁਪਏ ਭਰਨੇ ਆ ਕਲੀਅਰ ਹੈ ਜੀ ਤੇ ਇਸੇ ਤਰ੍ਹਾਂ ਹੀ ਜਨਰਲ ਕੈਟਾਗਰੀ ਦੇ ਲਈ ਸੀਰੀਅਲ ਨੰਬਰ 1 ਤੋਂ 1180 SC SCST PWD ਕੈਂਡੀਡੇਟ ਨੇ 590 ਰੁਪਏ ਵਰਨੇ ਕਲੀਅਰ ਜੀ ਅਗਰ ਫਿਰ ਵੀ ਕੁਝ ਨਹੀਂ ਪਤਾ ਚੱਲਿਆ ਤਾਂ ਕਮੈਂਟ ਜਰੂਰ ਕਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਰਿਆਂ ਨਾਲ ਤਾਂ ਕਿ ਜਿਹੜਾ ਵੀ ਕੈਂਡੀਡੇਟ ਅਪਲਾਈ ਕਰ ਸਕਦਾ ਹੈ एलिजिਬਿਲਟੀ ਬੰਦੀ ਹੈ ਉਹ ਇਸ ਚੀਜ਼ ਤੋਂ ਵਾਂਝਾ ਨਾ ਰਹਿ ਜਾਵੇ ਹੋਰ ਪੋਸਟਾਂ ਦੇ ਨਾਲ ਜਲਦ ਹੀ ਹਾਜ਼ਰ ਹੋਵਾਂਗੇ ਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਰੱਖਿਆ ਠੀਕ ਹੈ ਪਰ ਜਿਨ੍ਹਾਂ ਨੇ ਹਜੇ ਤੱਕ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਉਹ ਸਬਸਕ੍ਰਾਈਬ ਕਰ ਲੋ ਤੇ ਬੈਲ ਆਈਕਨ ਪ੍ਰੈਸ ਕਰ ਲਓ ਠੀਕ ਹੈ ਜੀ ਜਿਨ੍ਹਾਂ ਨੇ ਇੱਕ ਵਾਰ ਕਰ ਲਿਆ ਦੁਬਾਰਾ ਨਹੀਂ ਕਰਨਾ ਤੁਸੀਂ ਜਿਹੜੇ ਨਵੇਂ ਨੇ ਜਿਨ੍ਹਾਂ ਨੇ ਹਜੇ ਤੱਕ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰੋ ਘੰਟੀ ਦਾ ਬਟਨ ਦਬਾਓ ਤਾਂ ਕਿ ਜਦੋਂ ਵੀ ਕੋਈ ਵੀ ਵੀਡੀਓ ਆਪਾਂ ਅਪਲੋਡ ਕਰੀਏ ਉਹਦਾ ਮੈਸੇਜ ਉਹਦੀ ਜਾਣਕਾਰੀ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚੇ ਠੀਕ ਹੈ ਜੀ ਇੰਨਾ ਕਹਿੰਦੇ ਹੋਏ ਵੀਡੀਓ ਨੂੰ ਆਪਾਂ ਸਮਾਪਤ ਕਰਦੇ ਹਾਂ ਹੋਰ ਪੋਸਟਾਂ ਦੇ ਨਾਲ ਜਲਦ ਹੀ ਦੁਬਾਰਾ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਬੀ ਸੇ ਸਟੇ ਕਨੈਕਟਡ ਯੂ ਟੇਕ a ਵੈਰੀ ਗੁੱਡ ਕੇਅਰ ਆਫ ਯੋਰself ਬਾਏ ਬਾਏ